ਸਲਾਮ ਅਲੈਕੁਮ ਜੀ ਜਾਂ ਸਤਿ ਸ਼੍ਰੀ ਅਕਾਲ ਤੁਹਾਡੀ ਖਿਦਮਤ ਹਾਜ਼ਰ ਹਾਂ ਜੀ ਗੱਲ ਇਹ ਆ ਜੀ ਵੀ ਆਪਣਾ ਇਲੈਕਟ੍ਰੀਸ਼ਨ ਦਾ ਬੜਾ ਇੱਕ ਕਿਰਦਾਰ ਹੁੰਦਾ ਆ ਆਪਾਂ ਪਾ ਕਿਸੇ ਵੀ ਵਾਇਰਿੰਗ ਕਰਾਉਂਦੇ ਹਾਂ ਅਤੇ ਜਿਹੜੇ ਬੰਦੇ ਨੂੰ ਪਤਾ ਉਹਨਾਂ ਨੂੰ ਤਾਂ ਪਤਾ ਹੈ ਅਤੇ ਜੇ ਉੱਦਾਂ ਵੈਸੇ ਲੁਪੀਆਂ ਅਤੇ ਮਰੋੜੀਆਂ ਦੇ ਕੇ ਜੜੀ ਜਾਓ ਤਾਂ ਫਿਰ ਉਹ ਵੱਖਰਾ ਕੰਮ ਭਾਈ ਨਵੀਦ ਮੇਰੇ ਨਾਲ ਮੌਜੂਦ ਆ ਬੂਰੇ ਵਾਲਾ ਤੋਂ ਵੀਡੀਓ ਵੈਸੇ ਆਪਾਂ ਵੀ ਫਿਰਦੇ ਰਹੀਦਾ ਸਾਰੇ ਦੋਸਤ ਦੇਖਦੇ ਹਾਂ ਵੀ 100,000 ਵੀਡੀਓ 1,000 ਵੀਡੀਓ ਬਣਾਈ ਦੀਆਂ ਇਹ ਵੀਡੀਓ ਦਾ ਮਕਸਦ ਇਹ ਜੀਆਂ ਵੀਡੀਓ ਦਾ ਖਾਸ ਮਕਸਦ ਇਹ ਹੁੰਦਾ ਹੈ ਵੀ ਤੁਹਾਨੂੰ ਦੋਸਤਾਂ ਨੂੰ ਪਤਾ ਹੋਵੇ ਵੀ ਤੁਹਾਨੂੰ ਕਿੱਥੇ ਕਿਹੜੀ ਸਹੂਲਤ ਮਿਲ ਰਹੀ ਹੈ। ਅੱਛਾ ਮੰਨ ਲਓ ਭਾਈ ਨਵੀਰ ਸਾਹਿਬ ਬੂਰੇ ਵਾਲਾ ਤੋਂ ਮੌਜੂਦ ਹੈ ਜੀ ਮੇਰੇ ਨਾਲ ਅਤੇ ਮੈਂ ਨਾ ਜੀ ਇੱਕ ਮੋਹਤਰਮ ਸੀਗੇ ਭਾਈ ਪਿਛਲੇ ਦਿਨ ਇਲੈਕਟ੍ਰੀਸ਼ਨ ਮੇਰੇ ਕੋਲ ਆਇਆ ਟਰੈਕਟਰ ਦਾ ਕੰਮ ਕਰਦਾ ਸੀ ਮੈਂ ਉਹਨੂੰ ਕਿਹਾ ਯਾਰ ਸੋਹਣੇ ਇੱਦਾਂ ਕਰਕੇ ਨਾ ਕੰਮ ਕਰ ਉਸਤਾਦ ਮੋਹਤਰਮ ਤੁਹਾਨੂੰ ਵੀ ਸੁਣਾ ਰਿਹਾ ਗੱਲ ਸਹੀ ਮੈਂ ਉਹਨੂੰ ਕਿਹਾ ਉਸਤਾਦ ਇੱਦਾਂ ਕਰਦੇ ਮਤਲਬ ਨਾ ਉਹਦੇ ਕੋਲ ਛੋਟੀਆਂ ਛੋਟੀਆਂ ਬਰੀਕੀਆਂ ਮੈਂ ਕਰ ਗਿਆ ਉਹ ਮੈਨੂੰ ਪਤਾ ਕਹਿੰਦਾ ਕਹਿੰਦਾ ਸਿੰਧੂ ਸਾਹਿਬ ਇਹ ਕੰਮ ਸਹੀ ਨਹੀਂ ਮੈਂ ਕਿਹਾ ਵਜ੍ਹਾ ਜੀ ਉਹਨੇ ਕਿਹਾ ਵਜ੍ਹਾ ਇਹ ਸਿੰਧੂ ਸਾਹਿਬ ਅਸੀਂ ਤਾਰ ਅੜਾਉਣੀ ਹੁੰਦੀ ਹੈ ਲੁੱਪੀ ਪਸਾਉਣੀ ਤਾਂ ਰੁਪਈਆ 500 ਫੜ ਲੈਣਾ ਅਤੇ ਜਿਹੜਾ ਕੰਮ ਤੁਸੀਂ ਕਰਦੇ ਹੋ ਮੀਨਾਕਾਰੀ ਉੱਤੇ ਇਹਦੇ ਉੱਤੇ ਜੀ ਉਹ ਟੇਪ ਚਾੜੋ ਅਤੇ ਗਰਮ ਕਰੋ ਅਤੇ ਲੁੱਪੀ ਸਹੀ ਤਰ੍ਹਾਂ ਲਾਓ ਅਤੇ ਵਾਇਰਿੰਗ ਨੂੰ ਬੰਦ ਕਰਕੇ ਲੈ ਕੇ ਜਾਓ ਉਹਨੇ ਕਿਹਾ ਜੀ ਇਹ ਕੰਮ ਸਾਡੇ ਕੋਲ ਨਹੀਂ ਹੁੰਦਾ ਇਹ ਸਾਰੀ ਦਿਹਾੜੀ ਕੰਮ ਖਾ ਜਾਂਦੇ ਆ ਅਤੇ ਇਹਨਾਂ ਦੇ ਪੈਸੇ ਵੀ ਜ਼ਿਆਦਾ ਹੁੰਦੇ ਮੈਂ ਕਿਹਾ ਯਾਰ ਤੂੰ ਪੈਸੇ ਜ਼ਿਆਦਾ ਲੈ ਲਈ ਅਤੇ ਬਲੈਕਮੇਲ ਨਾ ਕਰ ਇਹਨੂੰ ਕਰ ਇੱਦਾਂ ਹੀ ਜਿੱਦਾਂ ਮੈਂ ਕਹੀ ਨਾ ਅਤੇ ਉਸਤਾਦ ਸਾਹਿਬ ਮੌਜੂਦ ਨੇ ਜੀ ਇਹ ਬੂਰੇ ਵਾਲਾ ਤੋਂ ਨੇ ਇਹਨਾਂ ਦੀ ਆਪਣਾ ਲੋਕੇਸ਼ਨ ਉਸਤਾਦ ਜੀ ਕਿਹੜੀ ਆ ਤੁਹਾਡਾ ਲਾਰੀ ਅੱਡਾ ਚੀਚਾ ਬਦਨੀ ਰੋਡ 'ਤੇ ਉਸਤਾਦ ਸਾਹਿਬ ਕੰਮ ਕਰਦੇ ਟਰੈਕਟਰ ਦਾ ਇਲੈਕਟ੍ਰੀਸ਼ਨ ਇਲੈਕਟ੍ਰਿਕ ਦਾ ਤੁਸੀਂ ਕੰਮ ਕਰਾਉਣਾ ਹੋਵੇ ਆਪਣੀ ਵਾਇਰਿੰਗ ਦਾ ਅਤੇ ਅਦਰ ਟਰੈਕਟਰ ਟਰੱਕ ਜਾਂ ਮਜ਼ਦੇ ਜਾਂ ਕਿਸੇ ਵੀ ਅਦਰ ਕਿਸੇ ਵੀ ਚੀਜ਼ ਦਾ 12 ਵੋਲਟ ਦਾ ਜਿਹੜਾ ਵੀ ਕੰਮ ਤੁਹਾਡਾ ਬੈਟਰੀਆਂ 24 ਵੋਲਟ 12 ਵੋਲਟ ਅੱਛਾ ਜੀ 24 ਵੋਲਟ 12 ਵੋਲਟ ਕੋਈ ਵੀ ਹੈ ਨਾ ਜੀ ਸਲਫ 20 ਸਤਾਜ ਤੁਸੀਂ ਲਾ ਕੇ ਦਿੰਦੇ ਹੋ ਇੱਥੇ ਸਲਫ ਜਨੇਟਰ ਹਰ ਜੀ ਛੋਟਾ ਸਲਫ ਜਨੇਟਰ ਸਲਫ ਜਨੇਟਰ ਵਾਇਰਿੰਗ ਦਾ ਕੰਮ ਉਸਤਾਦ ਕਰਕੇ ਦਿੰਦੇ ਨੇ ਜੀ ਬਿਹਤਰੀਨ ਬੂਰੇ ਵਾਲਾ ਤੁਸੀਂ ਇਹਨਾਂ ਦੀ ਜਿਹੜੀ ਆ ਉਹ ਵਰਕਸ਼ਾਪ ਵਿਜ਼ਿਟ ਕਰੋ ਤੇ ਸਾਦਾ ਮਾਸ਼ਾਅੱਲਾ ਬਿਹਤਰੀਨ ਕੰਮ ਆ ਵਿਜ਼ਿਟ ਕਰਨਾ ਇੱਕ ਵਾਰੀ ਕੰਮ ਦੇਖਣਾ ਇਨਸ਼ਾਅੱਲਾ ਅਮੀ ਦਾ ਮਜ਼ਾ ਆਏਗਾ ਮੇਰਾ ਆਜ਼ਾਦੀ ਤੌਰ ਤੇ ਟਰੈਕਟਰ ਦਾ ਭਾਈ ਨੇ ਕੰਮ ਕੀਤਾ ਮੈਂ ਬੂਰੇ ਵਾਲਾ ਸਪੈਸ਼ਲ ਭਾਈ ਵਿਕਾਸ ਨੇ ਕਿਹਾ ਜੀ ਭਾਈ ਇਹ ਕੰਮ ਕਰਦੇ ਨੇ ਮੈਂ ਕਿਹਾ ਜੀ ਬੁਲਾਓ ਭਾਈ ਨੂੰ ਆਪਣਾ ਕੰਮ ਵੀ ਦੇਖਦੇ ਉਹਨਾਂ ਦਾ ਤੇ ਕੰਮ ਕਰਾਉਂਦੇ ਆ ਆਪਣਾ ਕੰਮ ਹੋ ਰਿਹਾ ਜੀ ਮਾੜਾ ਜਿਹਾ ਪਰਾਂ ਨੂੰ ਮਾਰੋ ਜੀ ਕੈਮਰਾ ਇੱਧਰ ਦਿਖਾਓ ਇਹ ਕੰਮ ਹੋ ਰਿਹਾ ਜੀ ਟਰੈਕਟਰ ਦਾ ਸਾਰਾ ਇਲੈਕਟ੍ਰਿਕ ਦਾ ਜਿੰਨਾ ਵੀ ਕੰਮ ਇਸ ਤੋਂ ਅੱਗੇ ਜਿੰਨਾ ਵੀ ਹੈ ਛੱਤ ਦਾ ਜਾਂ ਇਸ ਤੋਂ ਥੱਲੇ ਵਾਲਾ ਕੰਮ ਇੱਧਰ ਲਿਆਓ ਜੀ ਵਾਪਸ ਇਸ ਤੋਂ ਥੱਲੇ ਜਿੰਨਾ ਵੀ ਦੂਸਰਾ ਦੇ ਕੰਮ ਆ ਇਹ ਸਾਰਾ ਭਾਈ ਨੇ ਕੀਤਾ ਜੀ ਬਹੁਤ ਸ਼ੁਕਰੀਆ ਭਾਈ ਤੁਸੀਂ ਤੁਸੀਂ ਵੀ ਆਏ ਹੋ ਆਪਣਾ ਕੰਮ ਕੀਤਾ ਬਿਹਤਰੀਨ ਕਰਕੇ ਅਤੇ ਜ਼ਰੂਰ ਵਿਜ਼ਿਟ ਕਰਨਾ ਮੈਂ ਕੋਸ਼ਿਸ਼ ਕਰਾਂਗਾ ਕਿ ਅਗਰ ਨੰਬਰ ਵੀ ਥੱਲੇ ਸ਼ੇਅਰ ਕਰ ਦੂੰਗਾ ਤਾਂ ਅਗਰ ਲੋਕੇਸ਼ਨ ਤੁਹਾਨੂੰ ਨਾ ਪਤਾ ਲੱਗੇ ਤਾਂ ਤੁਸੀਂ ਵਿਜ਼ਿਟ ਕਰ ਸਕੋ ਬੂਰੇ ਵਾਲੇ ਦੇ ਇਰਦ ਗਿਰਦ ਦੇ ਲੋਕਾਂ ਵਾਸਤੇ ਸਹੂਲਤ ਹੈ ਲੋਕਾਂ ਨੂੰ ਨਾ ਅਸ ਇਲੈਕਟ੍ਰੀਸ਼ਨ ਪਤਾ ਨਹੀਂ ਹੁੰਦਾ ਵੀ ਕਿਹੜੇ ਬੰਦੇ ਦਾ ਕਿਹੜਾ ਕੰਮ ਕਿੱਥੋਂ ਕਰਵਾਈਏ ਤਾਂ ਬਿਹਤਰੀਨ ਹੋ ਜਾਏਗਾ ਸੋ ਇਹ ਜਦੋਂ ਫਿਰ ਤੁਹਾਡੇ ਕੋਲ ਨੰਬਰ ਹੋਏਗਾ ਜਾਂ ਲੋਕੇਸ਼ਨ ਹੋਏਗੀ ਜਾਂ ਬੰਦਾ ਵਧੀਆ ਤੁਹਾਡੇ ਕੋਲ ਮੌਜੂਦ ਹੋਏਗਾ ਉਸ ਕੰਮ ਦਾ ਤਾਂ ਫਿਰ ਆਸਾਨੀ ਹੋਏਗੀ ਥੈਂਕਸ ਫਾਰ ਵਾਚਿੰਗ।